ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਂ ਇਹ ਕਹਿਣ ਦੀ ਕੋਸ਼ਿਸ਼ ਫਲਾਨੀ ਧਿਰ ਨੇ ਛੱਡਤਾ, ਇਹ ਹਰਸਿਮਰਤ ਨੂੰ ਜਿਤਾਉਣ ਆ ਗਿਆ, ਇਹ ਗਾਹਾਂ ਜਾਂ ਭਵੰਤਰਾ ਛੱਡਿਆ ਹੋਇਆ, ਜਾਣੇ ਬਹੁਤ ਤਰ੍ਹਾਂ ਦੀਆਂ ਗੱਲਾਂ, ਇਹ ਕਿਸੇ ਤੋਂ ਪੈਸੇ ਲੈ ਕੇ ਖੜਾ ਹੋ ਗਿਆ, ਇਹ ਪੈਸੇ ਲੈ ਕੇ ਬਹਿ ਜੂ, ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ। ਨਵੀਂ ਗੱਲ ਜਿਹੜੀ ਸਾਹਮਣੇ ਆਈ, ਧਿਆਨ ਦਿਓ, ਆ ਦੇਖੋ ਇਸ ਨੌਜਵਾਨ ਨੂੰ ਕੀ ਨਾਮ ਵੀਰੇ ਤੇਰਾ? ਇਹ ਹਰਮਨਦੀਪ ਸਿੰਘ ਹੈ, ਪਿੰਡ ਟੰਗਰਾਲੀ ਪਿੰਡ ਹੈ, ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਦਾ ਪਿੰਡ ਹੈ। ਇਹਨੂੰ ਤੜਕੇ ਫੋਨ ਆਇਆ ਆਹ ਨੰਬਰ ਤੋਂ 89 48 20 39 45 ਤੇ ਟਰੂ ਕਾਲਰ ਦੇ ਉੱਤੇ ਭਰਿਆ ਹੋਇਆ ਲੱਖਾ ਸਧਾਣਾ। ਦੇਖੋ ਚਾਲਾਂ ਦੇ ਕਿਵੇਂ ਚੱਲ ਰਹੇ ਚੁੱਕੇ ਆ ਵੀ ਟਰੂ ਕਾਲਰ ਦੇ ਲੱਖਾ ਸਧਾਣਾ ਭਰਿਆ। ਇਹਨੂੰ ਮੈਨੂੰ ਐ ਦੱਸੀ ਵੀ ਜਦੋਂ ਫੋਨ ਆਇਆ ਨੰਬਰ, ਇਧਰੋਂ ਲੱਗਦਾ ਹੈ ਨੀ ਨੰਬਰ, ਇਹ ਕੀ ਕਿਹਾ ਗਿਆ ਤੈਨੂੰ? ਇਹਨਾਂ ਨੇ ਕਿਹਾ ਸੀ ਵੀ ਜੀ ਤੁਸੀਂ ਕਾਂਗਰਸ ਨੂੰ ਵੋਟ ਪਾਉਣੀ ਹੈ ਤੇ 1 ਨੱਪੋ, ਅਕਾਲੀ ਨੂੰ ਪਾਉਣੀ ਹੈ 2 ਨੱਪੋ, ਸਾਰਾ ਕੁਛ ਇਹਨਾਂ ਦੇ ਹੱਥ 'ਚ ਆ ਬਾਈ, ਮੀਡੀਆ ਇਹਨਾਂ ਦੇ ਹੱਥ 'ਚ ਆ, ਜੋ ਮਰਜ਼ੀ ਪ੍ਰਚਾਰ ਕਰਾ ਦੇਣ, ਆਹ ਸਾਰਾ ਜਿਹੜਾ ਸਿਸਟਮ ਹੈ ਜਿਵੇਂ ਮਰਜ਼ੀ ਚਲਾ ਦੇਣ, ਇਹ ਜੋ ਮਰਜ਼ੀ ਸ਼ੁਰਲੀ ਛੱਡ ਦੇਣ। ਮੈਂ ਕਿਹਨੂੰ ਕਿਹਨੂੰ ਸਪਸ਼ਟੀਕਰਨ ਦਿੰਦਾ ਫਿਰੂੰਗਾ? ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਸੁਚੇਤ ਰਹੋ, ਚੁਕੰਨੇ ਰਹੋ, ਮੇਰੇ ਖਿਲਾਫ ਇਹ ਕੋਈ ਵੀ ਸ਼ਡਯੰਤਰ ਰੱਖ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਪੰਜਾਬੀਓ ਤੁਹਾਨੂੰ ਪਤਾ ਕਿ ਮੈਂ ਪੰਜਾਬ ਦੀ ਯਾਤਰਾ ਦੇ ਉੱਤੇ, ਪੰਜਾਬ ਪੰਜਾਬੀ ਤੋਂ ਬਚਾਓ ਯਾਤਰਾ ਦੇ ਹੇਠ ਤੁਰਿਆ ਹੋਇਆ। ਅਸੀਂ ਰੋਜ਼ ਪਿੰਡਾਂ ਜਾ ਰਹੇ ਹਾਂ ਜਿੱਥੇ ਰਾਤ ਪੈਂਦੀ ਰੁਕਦੇ ਹਾਂ। ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ, ਧਿਆਨ ਦਿਓ, ਜੇ ਮੈਂ ਵੈਸੇ ਹੀ ਪਿੰਡਾਂ 'ਚ ਪਹਿਲਾਂ ਇਹ ਗੱਲ ਬੋਲੀ ਹੈ, ਲੋਕਾਂ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਲਾਫ ਤਰ੍ਹਾਂ ਤਰ੍ਹਾਂ ਦੇ ਪ੍ਰਾਪੇਗੰਡੇ ਹੋਣਗੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਛੱਡੀਆਂ ਜਾਣਗੀਆਂ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਂ ਇਹ ਕਹਿਣ ਦੀ ਕੋਸ਼ਿਸ਼ ਫਲਾਨੀ ਧਿਰ ਨੇ ਛੱਡਤਾ, ਇਹ ਹਰਸਿਮਰਤ ਨੂੰ ਜਿਤਾਉਣ ਆ ਗਿਆ, ਇਹ ਗਾਹਾਂ ਜਾਂ ਭਵੰਤਰਾ ਛੱਡਿਆ ਹੋਇਆ, ਜਾਣੇ ਬਹੁਤ ਤਰ੍ਹਾਂ ਦੀਆਂ ਗੱਲਾਂ, ਇਹ ਕਿਸੇ ਤੋਂ ਪੈਸੇ ਲੈ ਕੇ ਖੜਾ ਹੋ ਗਿਆ, ਇਹ ਪੈਸੇ ਲੈ ਕੇ ਬਹਿ ਜੂ, ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ। ਨਵੀਂ ਗੱਲ ਜਿਹੜੀ ਸਾਹਮਣੇ ਆਈ, ਧਿਆਨ ਦਿਓ, ਆ ਦੇਖੋ ਇਸ ਨੌਜਵਾਨ ਨੂੰ ਕੀ ਨਾਮ ਵੀਰੇ ਤੇਰਾ? ਇਹ ਹਰਮਨਦੀਪ ਸਿੰਘ ਹੈ, ਪਿੰਡ ਟੰਗਰਾਲੀ ਪਿੰਡ ਹੈ, ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਦਾ ਪਿੰਡ ਹੈ। ਇਹਨੂੰ ਤੜਕੇ ਫੋਨ ਆਇਆ ਆਹ ਨੰਬਰ ਤੋਂ 89 48 20 39 45 ਤੇ ਟਰੂ ਕਾਲਰ ਦੇ ਉੱਤੇ ਭਰਿਆ ਹੋਇਆ ਲੱਖਾ ਸਧਾਣਾ। ਦੇਖੋ ਚਾਲਾਂ ਦੇ ਕਿਵੇਂ ਚੱਲ ਰਹੇ ਚੁੱਕੇ ਆ ਵੀ ਟਰੂ ਕਾਲਰ ਦੇ ਲੱਖਾ ਸਧਾਣਾ ਭਰਿਆ। ਇਹਨੂੰ ਮੈਨੂੰ ਐ ਦੱਸੀ ਵੀ ਜਦੋਂ ਫੋਨ ਆਇਆ ਨੰਬਰ, ਇਧਰੋਂ ਲੱਗਦਾ ਹੈ ਨੀ ਨੰਬਰ, ਇਹ ਕੀ ਕਿਹਾ ਗਿਆ ਤੈਨੂੰ? ਇਹਨਾਂ ਨੇ ਕਿਹਾ ਸੀ ਵੀ ਜੀ ਤੁਸੀਂ ਕਾਂਗਰਸ ਨੂੰ ਵੋਟ ਪਾਉਣੀ ਹੈ ਤੇ 1 ਨੱਪੋ, ਅਕਾਲੀ ਨੂੰ ਪਾਉਣੀ ਹੈ 2 ਨੱਪੋ, ਇਸ ਤਰ੍ਹਾਂ ਬੋਲ ਰਹੇ ਸੀ ਇਹ। ਜਦੋਂ ਚਾਰ ਤੇ ਇਹਨਾਂ ਨੇ ਚਾਰੇ ਪਾਰਟੀ ਦੇ ਨਾਮ ਲਏ ਤੇ ਉਸ ਤੋਂ ਬਾਅਦ ਆਟੋਮੈਟਿਕਲੀ ਕਾਲ ਕੱਟ ਹੋ ਗਈ। ਅੱਛਾ, ਹੁਣ ਇਹ ਮੇਰਾ ਨਾਮ ਭਰਨ ਦਾ ਮਕਸਦ ਦੇਖੋ ਕੀ ਆ, ਟਰੂ ਕਾਲਰ ਦੇ ਉੱਤੇ ਇਹਨੇ ਟਰੂ ਕਾਲਰ ਨੇ ਚੱਕਿਆ, ਜਿਹੜਾ ਨਾਂ ਚੱਕਿਆ ਇਹਦੇ ਫੋਨ ਨੇ ਉਹ ਲੱਖਾ ਸਧਾਣਾ ਚੱਕਿਆ। ਇਹ ਲੱਗਦਾ ਨੀ, ਲਾ ਕੇ ਵੀ ਅਸੀਂ ਦੇਖਦੇ ਹਾਂ, ਇਹ ਲੱਗ ਨੀ ਰਿਹਾ, ਬੈਗ ਨੀ ਲੱਗਦਾ ਲੱਗਦੇ ਨੀ ਜੀ ਬੈਗ ਕਿਸੇ ਹੈ ਬੈਗ ਨੀ ਲੱਗਦਾ ਹੁੰਦਾ ਕੰਪਿਊਟਰ ਵਾਲਾ ਵੀ ਜੀ ਮਤਲਬ ਚਾਲਾਂ ਤੋਂ ਮੇਰਾ ਵੀਰ ਬਚਿਓ। ਇਹ ਬੜਾ ਕੁਛ, ਕਿਉਂਕਿ ਸਾਰਾ ਕੁਛ ਇਹਨਾਂ ਦੇ ਹੱਥ ਚ ਆ ਬਾਈ, ਮੀਡੀਆ ਇਹਨਾਂ ਦੇ ਹੱਥ ਚ ਆ, ਜੋ ਮਰਜ਼ੀ ਪ੍ਰਚਾਰ ਕਰਾ ਦੇਣ, ਆਹ ਸਾਰਾ ਜਿਹੜਾ ਸਿਸਟਮ ਹੈ ਜਿਵੇਂ ਮਰਜ਼ੀ ਚਲਾ ਦੇਣ, ਇਹ ਜੋ ਮਰਜ਼ੀ ਸ਼ੁਰਲੀ ਛੱਡ ਦੇਣ। ਮੈਂ ਕਿਹਨੂੰ ਕਿਹਨੂੰ ਸਪਸ਼ਟੀਕਰਨ ਦਿੰਦਾ ਫਿਰੂੰਗਾ? ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਸੁਚੇਤ ਰਹੋ, ਚੁਕੰਨੇ ਰਹੋ, ਮੇਰੇ ਖਿਲਾਫ ਇਹ ਕੋਈ ਵੀ ਸ਼ਡਯੰਤਰ ਰੱਖ ਸਕਦੇ ਆ, ਕੋਈ ਵੀ ਕਹਾਣੀ ਮੇਰੇ ਖਿਲਾਫ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਸਕਦੇ ਆ। ਆਹ ਹੁਣ ਏਡੀ ਵੱਡੀ ਗੱਲ ਹੈ, ਇਸ ਨੌਜਵਾਨ ਨੇ ਫੋਨ ਸੁਣਿਆ, ਮੰਨ ਲਓ ਇਹਨੇ ਟਰੂ ਕਲਰ ਤੋਂ ਮੇਰਾ ਨਾਂ ਚੱਕਿਆ ਲੱਖਾ ਸਧਾਣਾ,
ਇਹਨੂੰ ਜਾਂ ਹੋਰ ਜਿੰਨਿਆਂ ਨੂੰ ਫੋਨ ਜਾਊਗਾ ਇਹ ਤਾਂ ਇਹੀ ਸੋਚਣਗੇ ਵੀ ਲੱਖੇ ਸਧਾਣੇ ਦਾ ਫੋਨ ਆਇਆ ਜਾਂ ਲੱਖੇ ਸਧਾਣੇ ਨਾਲ ਉਹਦੇ ਬੰਦੇ ਦਾ ਆਇਆ ਵੀ ਉਹ ਪੁੱਛਦਾ ਫਿਰਦਾ ਵੀ ਕਿਹਨੂੰ ਵੋਟ ਪਾਓਗੇ ਦਾ ਮਤਲਬ ਕਿਸੇ ਪਾਰਟੀ ਦੇ ਹੌਸਲਾ ਕੱਲ ਨੂੰ ਕੋਈ ਇੰਟਰਵਿਊ ਕਲਰ ਮੇਰੇ ਨਾਂ ਭਰਿਆ ਹੋਇਆ ਇਹ ਕਹਿ ਦੇਣ ਵੀ ਤੁਸੀਂ ਅਕਾਲੀਆਂ ਨੂੰ ਵੋਟ ਪਾ ਦਿਓ ਤੁਸੀਂ ਕਾਂਗਰਸ ਨੂੰ ਵੋਟ ਪਾ ਦਿਓ ਤੁਸੀਂ ਬੀਜੇਪੀ ਨੂੰ ਵੋਟ ਪਾ ਦਿਓ ਤੁਸੀਂ ਝਾੜੂ ਨੂੰ ਵੋਟ ਪਾ ਦਿਓ ਕੁਛ ਵੀ ਕਹਿ ਸਕਦੇ ਆ ਸੋ ਮੇਰਾ ਵੀਰੇ ਸੁਚੇਤ ਰਹੋ ਚਕੰਨੇ ਰਹੋ ਤਾਂ ਤੁਹਾਨੂੰ ਇਹ ਕੁਦਰਤੀ ਮੈਂ ਪਿੰਡ ਆਇਆ ਸੀ ਅੱਜ ਇਹ ਨੌਜਵਾਨਾਂ ਨੂੰ ਦੱਸ ਸਕਣਾ ਬਾਈ ਮੈਨੂੰ ਤੇਰੇ ਆਹ ਨਾਂ ਵਾਲੇ ਤੋਂ ਫੋਨ ਆਇਆ ਸੋ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ।